ਤਾਂ ਆਓ ਫਿਰ ਅੱਜ ਇੱਕ ਵਾਰੀ ਹੋਰ ਤੁਹਾਡੇ ਰੂਬਰੂ ਹੋ ਰਿਹਾ। ਅੱਜ ਦਾ ਲੈ ਕੇ ਆਇਆ ਟੌਪਿਕ ਵਾਓ ਟੂ ਹਾਓ। ਜਦ ਮੈਂ ਇਹ ਨਵੀਆਂ ਚੀਜ਼ਾਂ ਕਰਦਾ ਨਾ ਤਾਂ ਅਕਸਰ ਬੱਚੇ ਵਿਦਿਆਰਥੀ ਅਤੇ ਵੱਡੇ ਵੀ ਕਈ ਵਾਰੀ ਇਹ ਕਹਿੰਦੇ ਵਾਓ, ਤਾਂ ਉਹ ਮੇਰੇ ਦਿਮਾਗ 'ਚ ਆਇਆ ਵੀ ਵਾਓ ਟੂ ਹਾਓ। ਅੱਜ ਮੈਂ ਜਦੋਂ ਇੱਕ ਬੱਚੇ ਦੀ ਕਲਾਸ ਲੈ ਰਿਹਾ ਸੀ, ਜਿਹੜਾ ਬੱਚਾ ਔਕਲੈਂਡ ਤੋਂ ਪੜ੍ਹਦਾ ਮੇਰੇ ਕੋਲ, ਤਾਂ ਉਸ ਦੇ ਪੜ੍ਹਾਈ ਦੇ ਦੌਰਾਨ ਹੀ ਇੱਕ ਗੱਲ ਨਿਕਲ ਕੇ ਆਈ ਸਾਹਮਣੇ ਵਾਓ ਟੂ ਹਾਓ, ਤਾਂ ਉਹ ਤੁਹਾਡੇ ਕੋਲ ਅੱਜ ਲੈ ਕੇ ਆ ਰਹੇ ਹਾਂ। ਅਸੀਂ ਪਹਾੜੇ ਬਣਾਉਣੇ ਬੜੇ ਸਿੱਖੇ, ਹਾਊ ਟੂ ਮੇਕ ਦਾ ਟੇਬਲਸ। ਪਹਿਲਾਂ ਤਾਂ ਅਸੀਂ ਹਾਊ ਟੂ ਕ੍ਰੈਮ ਦਾ ਟੇਬਲਸ, ਹਾਊ ਟੂ ਲਰਨ ਦਾ ਟੇਬਲਸ, ਨਾ ਹਾਊ ਟੂ ਮੇਕ ਦਾ ਟੇਬਲਸ, ਕਿਸ ਤਰ੍ਹਾਂ ਬਣਾਉਣੇ ਸ਼ੁਰੂ ਕਰਨੇ ਅਸੀਂ ਪਹਾੜੇ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਕਿ ਅਸੀਂ ਇੱਕ ਨੰਬਰ ਪਾਸਵਰਡ ਜਿਸਨੂੰ ਕਹਿੰਦੇ ਹਾਂ ਉਹ ਯਾਦ ਰੱਖਦੇ ਹਾਂ, 86420 ਅਤੇ 86420। ਐਂ ਸਪੋਜ਼ ਕਰ ਲਓ ਵੀ 8 ਦੇ ਪਹਾੜੇ ਦਾ ਪਾਸਵਰਡ ਹੈ, ਬਸ ਤੁਸੀਂ ਯਾਦ ਰੱਖਣਾ। ਪਾਸਵਰਡ ਤਾਂ ਅਕਸਰ ਯਾਦ ਹੀ ਰੱਖਦੇ ਹਾਂ ਨਾ ਅਸੀਂ, ਤਾਂ ਹੁਣ ਇਸ ਦੇ ਵਿੱਚ ਕੀ ਕਰਨਾ ਅਸੀਂ, ਇਸ ਦੇ ਅੱਗੇ 0 ਲਗਾਉਣੀ ਹੈ, 1 2 3 4। ਹੁਣ ਅਸੀਂ 4 'ਤੇ ਰੁਕ ਗਏ ਹੋਏ ਹਾਂ, ਤਾਂ 4 ਤੋਂ ਸ਼ੁਰੂ ਕਰ ਲੈਣਾ, 4 5 6 7 ਅਤੇ 8 ਕੀ ਬਣ ਗਿਆ, 8 ਦਾ ਪਹਾੜਾ ਬਣ ਗਿਆ। 81 ਦਾ, 82 ਦਾ, 83 ਦਾ, 84, 85, 86, 87, 88, 89, 810 ਦਾ ਆ ਗਿਆ ਨਾ, ਕੀ ਆ ਗਿਆ, ਵਾਓ। ਲੇਕਿਨ ਵਾਓ ਟੂ ਹਾਓ, ਇਹ ਹੋਇਆ ਕਿਵੇਂ, ਸਾਰਾ ਕੁਛ ਕਿੱਥੋਂ ਆਇਆ, ਇਹ ਕਿਵੇਂ ਡਿਵੈਲਪਮੈਂਟ ਹੋਈ ਹੈ। ਜਦੋਂ ਬੱਚੇ ਨੂੰ ਇਹ ਪਤਾ ਲੱਗ ਜਾਏ ਨਾ ਇਹ ਬਣਿਆ ਕਿਵੇਂ ਹੈ, ਇਹ ਸਰ ਤੁਸੀਂ 86420 ਹੀ ਕਿਉਂ ਲਿਖਿਆ, ਬਸ ਇਹ ਚੀਜ਼ ਮੈਂ ਤੁਹਾਡੇ ਵਿੱਚ ਲਿਆਉਣੀ ਚਾਹੁੰਦਾ ਕਿ ਮੈਨੂੰ ਇਹ ਪੁੱਛੋ, ਤੁਸੀਂ ਕੁਐਸਚਨਿੰਗ ਕਰੋ, ਟੀਚਰ ਨੂੰ ਕੁਐਸਚਨਿੰਗ ਕਰੋ, ਔਰ ਉਸ ਕੁਐਸਚਨਿੰਗ ਦੇ ਵਿੱਚੋਂ ਵੀ ਤੁਹਾਨੂੰ ਆਂਸਰ ਮਿਲਣਗੇ। ਕਿਉਂਕਿ ਜਦੋਂ ਅਸੀਂ ਕੁਐਸਚਨ ਨਹੀਂ ਨਾ ਕਰਦੇ ਤਾਂ ਸਾਡੇ ਕੋਲ ਆਂਸਰ ਵੀ ਨਹੀਂ ਮਿਲਦਾ, ਕੁਐਸਚਨ ਕਰਾਂਗੇ ਤਾਂ ਆਂਸਰ ਵੀ ਆਊਗਾ। ਦੇਖੋ 8 ਦਾ ਅਸੀਂ ਟੇਬਲ ਲਿਖਦੇ ਹਾਂ, 8 16 ਇਹ ਲਿਖ ਲਿਆ, ਤਾਂ ਹੁਣ ਤੁਸੀਂ ਦੇਖੋ ਇਸ ਦੇ ਵਿੱਚ ਨਿਗਾਹ ਮਾਰੋ ਤਾਂ ਆਹ ਕੀ ਹੈ, ਆਹੀ ਇਸ ਦਾ ਪਾਸਵਰਡ ਹੈ। ਹੁਣ ਅੱਗੇ ਚੱਲਾਂਗੇ, ਫਿਰ 86420 ਫਿਰ ਸਾਡੇ ਕੋਲ ਰਿਪੀਟ ਹੋ ਜਾਣਾ, ਤਾਂ ਉਹੀ 86420 ਲਿਖਿਆ ਸੀ ਇੱਧਰ, 0 1 2 3 4 5, ਰਾਈਟ ਹੈ ਨਾ ਮਜ਼ੇਦਾਰ। ਆਹ ਦੇਖੋ ਹੁਣ ਇਸ ਤੋਂ ਅਸੀਂ ਬਣਾ ਰਹੇ ਹਾਂ, ਇਹ ਅਸੀਂ ਲਿਖਿਆ 1 2 3 4 5 ਅਤੇ 6, ਇਸ ਤਰ੍ਹਾਂ ਤੁਸੀਂ ਅੱਗੇ ਵੀ ਲਿਖ ਸਕਦੇ ਹੋ। ਤਾਂ ਹੁਣ ਫਿਰ ਇਹੀ ਜਿਹੜਾ ਪਾਸਵਰਡ ਹੈ 86420 ਦੈਨ 8 ਦੈਨ ਫਿਰ 6 ਆ ਜਾਏਗਾ, ਫਿਰ ਇਸ ਤਰ੍ਹਾਂ ਚੱਲਦਾ ਜਾਏਗਾ। ਤਾਂ ਹੁਣ ਇਸ ਦੇ ਵਿੱਚ ਸਾਡੇ ਕੋਲ ਕੀ ਆ ਰਿਹਾ, 1 + 0 ਕਰਾਂਗੇ ਕੀ ਆ ਜਾਏਗਾ 1, 2 + 1 ਕਰਾਂਗੇ ਕਿੰਨਾ ਆ ਜਾਏਗਾ 3, 3 + 2 ਕਰਾਂਗੇ ਕਿੰਨਾ ਆ ਜਾਏਗਾ 5, 4 + 3 ਕਰਾਂਗੇ 7, 5 + 4 ਕਰਾਂਗੇ 9, 6 + 4 ਕਰਾਂਗੇ 10, ਐਂਡ ਸੋ ਔਨ, ਇਸ ਤਰ੍ਹਾਂ ਚੱਲਦਾ ਜਾਏਗਾ। ਤਾਂ ਇਸਨੂੰ ਕਿਤੇ 16 ਨਾ ਸਮਝ ਲਓ, ਤਾਂ ਇਹ ਕੀ 18 ਦਾ ਪਹਾੜਾ ਤਿਆਰ ਹੋ ਗਿਆ। ਦੇਖੋ 18 18 18 36 38 39 58 75 90 80 101 8 6 1 8 ਹੈ ਨਾ, ਉਹ ਵਾਓ ਤਾਂ ਆਉਂਦਾ ਮਨ ਦੇ ਵਿੱਚ, ਲੇਕਿਨ ਵਾਓ ਤੋਂ ਬਾਅਦ ਹਾਓ ਕਿਵੇਂ, 8 ਤੋਂ ਅਸੀਂ 18 'ਤੇ ਪਹੁੰਚ ਗਏ। ਹੁਣ 18 ਤੋਂ 118 'ਤੇ ਚਲੇ ਜਾਣਾ ਅਸੀਂ, ਦੇਖੋ 118 ਦਾ ਪਹਾੜਾ ਤਿਆਰ ਕਰਨ ਲੱਗੇ ਹਾਂ, 1 2 3 4 5 ਅਤੇ ਇੱਥੇ 6। ਹੁਣ 6 ਇੱਥੇ ਇੱਕ ਡਿਜਿਟ ਹੋਰ ਆ ਗਿਆ, ਤਾਂ ਇਸ ਨੂੰ ਅਸੀਂ ਕੀ ਕਰ ਲਾਂਗੇ, ਮਰਜ ਹੋ ਜਾਏਗਾ ਇਸ ਦੇ ਵਿੱਚ, ਤਾਂ ਇਹ ਬਣ ਜਾਏਗਾ ਤੁਹਾਡੇ ਕੋਲ 118 ਦਾ ਪਹਾੜਾ ਤਿਆਰ ਹੋ ਗਿਆ। ਕੀ ਕੀਤਾ ਮੈਂ, 1 2 3 4 5 6 7 ਇਸ ਤਰ੍ਹਾਂ ਹੀ ਲਿਖਣਾ। ਹੁਣ ਤੁਸੀਂ 5 ਤੋਂ ਬਾਅਦ 7 ਕਿਵੇਂ ਆਇਆ, ਕਿਉਂਕਿ ਇੱਥੇ 1 ਸੀਗਾ, 1 ਇਹਦੇ ਵਿੱਚ ਮਰਜ ਹੋ ਗਿਆ, ਇੱਥੇ ਕੁਛ ਵੀ ਨਹੀਂ ਹੈਗਾ ਤਾਂ ਕੁਛ ਵੀ ਮਰਜ ਨਹੀਂ ਹੋਇਆ। ਤਾਂ ਇਸ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਡਿਵੈਲਪਮੈਂਟਸ ਦੇ ਵਿੱਚ ਆਓਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੇ, ਉਹ 118 ਨਹੀਂ 1118 ਦਾ ਵੀ ਤਿਆਰ ਹੋ ਗਿਆ। ਦੇਖੋ ਹੁਣ 1118 ਦਾ ਵੀ ਬਣ ਸਕਦਾ, ਕਿਸ ਤਰ੍ਹਾਂ ਬਣੇਗਾ 1118 ਦਾ, ਬਸ ਕੀ ਕਰਨਾ, 1 2 3 4 5 6, ਹੁਣ ਇੱਥੇ 6 ਹੀ ਰਹਿ ਜਾਏਗਾ ਕਿਉਂਕਿ ਇੱਥੇ ਇੱਕ ਅੱਗੇ ਇੱਕ ਹੈ ਨਹੀਂ ਨਾ, ਉਹ ਇਸ ਕਰਕੇ ਉਹ ਜਿਹੜਾ 1 ਸੀਗਾ ਇੱਥੇ 3 ਡਿਜਿਟ ਸੀ, ਬਾਕੀਆਂ 'ਚ 2 2 ਡਿਜਿਟ ਸੀਗੇ, ਉਹ 1 ਡਿਜਿਟ ਇਸ ਦੇ ਵਿੱਚ ਮਰਜ ਹੋਇਆ। ਹੁਣ ਇਹ ਕੀ ਹੈ, 1118 ਦਾ ਟੇਬਲ, 1118 ਦਾ ਜਾਂ 1118 ਦਾ ਟੇਬਲ, ਤੇ ਤੁਸੀਂ ਕੈਲਕੂਲੇਟਰ ਤੇ ਕਰੀ ਜਾਓ, ਮੈਂ ਇਸ ਤਰ੍ਹਾਂ ਕਰੀ ਜਾਂਦਾ, ਮੈਂ ਤਾਂ ਕੁਝ ਵੀ ਨਹੀਂ ਕਰਨਾ। ਲਓ ਚੱਕੋ, 11118 ਦਾ ਤਿਆਰ ਹੋ ਗਿਆ, 1,11,118 ਦਾ, ਬਸ ਇਹੀ ਲਿਖਣਾ ਹੋਰ ਕੀ ਹੈ। ਦਿਸ ਇਜ਼ ਨੋਨ ਐਜ਼ ਦ ਪੈਟਰਨ
दिस इज द ब्यूटी ऑफ मैथमेटिक्स। तो इस तरह दी जिहड़ियां असीं वीडियोज़ हैं तुहाडे कोल तां लैके आ रहे हैं कि बच्चे इन्हां दे विच इंटरस्ट शो करन, वो आप डिवेलपमेंट्स करन। एक चीज़ तो टीचर ने दिती है, वो दो चीज़ां आप बनाउण, आप नवीं चीज़ां डिवेलप करन, ताकि उन्होंने पता लगे कि ओ मैं रोटी नहीं खानी है, मैंने पहले पहाड़े तैयार कर लैण दो, फिर आएगा ना मज़ा। आओ फिर जुड़े रहो, नैक्सट वीडियो कल नूं फिर तुहाडे लई लैके आ रहे हैं इन्हां दे संबंध दे विच, फिर मिलते।